पंजाब विच अपनी मंगां नूं लै के किसानों ने मुड़ धरना ला दिता है। किसानों ने जलंधर लुधियाना नैशनल हाईवे ते टेंट गड्ढे हुए हैं अते इन्हां टेंटा विच ही उन्होंने अपनी पूरी रात कट्टी। किसानों का कहना है कि जेकर सरकार ने उन्हां दी मंगां नहीं मनियां तां लुधियाना दी धन्नो वाली नेड़े रेलां भी रोक देंगे। यह फैसला देर रात किसानों की मीटिंग विच लिया गया। किसानों का कहना है कि जदों तक उन्हां दीआं मंगां नहीं मनियां जांदियां उदों तक धरना खत्म नहीं किया जाएगा। किसान जथेबंदियों लई लंगर सेवा भी रात समय ही शुरू हो गई सी। रात नूं कुछ समय लई सर्विस लाइन खोल दी गई। दस दईए कि संयुक्त किसान मोर्चा दे सद्दा ते किसान जथेबंदियां गन्ने दे रेट वधाउण अते होर मंगां नूं लै के जलंधर लुधियाना मुख मार्ग ते बैठियां होईयां हन। ਨਾ ਦੂਸਰੇ ਦਿਨ ਦੇ ਵਿੱਚ ਅੱਜ ਦਾਖਲ ਹੋ ਗਿਆ ਸਰ। ਮੈਂ ਕਹੂੰਗਾ ਸਰਕਾਰ ਦੀ ਮਹਾਨਲੈਕੀ ਆ ਇਹੋ। ਇਦੋਂ ਵੱਡੀ ਸਰਕਾਰ ਦੀ ਮਹਾਨਲੈਕੀ ਨਹੀਂ ਹੋ ਸਕਦੀ ਕਿ ਸਵੇਰ ਤੋਂ ਲੈ ਕੇ ਧਰਨਾ ਲੱਗਿਆ ਹੋਵੇ ਤਾਂ ਸ਼ਾਮ ਤੱਕ ਧਰਨੇ ਦਾ ਫੈਸਲਾ ਨਾ ਹੋਵੇ। ਤਾਂ ਮੈਂ ਕਹੂੰਗਾ ਸਰਕਾਰ ਨੈਗੇਟਿਵ ਵੱਲ ਨੂੰ ਜਾਂਦੀ ਆ। ਸਰਕਾਰ ਕਿਸਾਨਾਂ ਪ੍ਰਤੀ ਸੰਜੀਵੀ ਨਹੀਂ ਹੈਗੀ, ਠੀਕ ਹੈ। ਦੂਜੀ ਗੱਲ ਇਹ ਆ ਕਿ ਧਰਨਾ ਦੇਖੋ ਅਸੀਂ ਆਪਣੀਆਂ ਹੱਕੀ ਮੰਗਾਂ ਮੰਨਣ ਆਉਣ ਵਾਸਤੇ ਇਹ ਧਰਨਾ ਲਾਇਆ, ਔਰ ਧਰਨਾ ਇਸਦਾ ਨਹੀਂ ਲਾਇਆ ਕਿ ਇੱਕਦਮ ਉੱਠ ਕੇ ਅਸੀਂ ਧਰਨਾ ਲਾਤਾ। ਅਸੀਂ 2.5 ਮਹੀਨੇ ਤੋਂ ਸਰਕਾਰ ਦੀਆਂ ਵਾਰ ਵਾਰ ਸਰਕਾਰੀ ਦਫ਼ਤਰਾਂ ਦੇ ਵਿੱਚ ਜਾ ਕੇ DC ਸਾਹਿਬਾਂ ਨੂੰ ਮਿਲੇ, ਇੱਥੋਂ ਤੱਕ ਕਿ ਮਾਨਯੋਗ ਸਾਡੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਨਾਲ ਮੀਟਿੰਗ ਵੀ ਕੀਤੀ। ਉਹਨਾਂ ਨੂੰ ਪਹਿਲਾਂ ਮੰਗ ਪੱਤਰ ਵੀ ਦਿੱਤਾ ਔਰ ਉਹਨਾਂ ਨੇ ਮੀਟਿੰਗ ਰੱਖੀ। ਮੀਟਿੰਗ ਰੱਖ ਕੇ ਵੀ ਉਹਨਾਂ ਨੇ ਮੀਟਿੰਗ ਕੈਂਸਲ ਕੀਤੀ। ਦੇਖੋ ਧਰਨਾ ਜਿਹੜਾ ਆ ਇਹ ਕਿਸਾਨਾਂ ਨੇ ਨਹੀਂ ਲਾਇਆ, ਇਹ ਧਰਨਾ ਦੀ ਜ਼ਿੰਮੇਵਾਰ ਵੀ ਸਰਕਾਰ ਆ, ਔਰ ਧਰਨਾ ਲਵਾਉਣ ਦੇ ਵਿੱਚ 101% ਜਿਹੜਾ ਉਹ ਸਰਕਾਰ ਦਾ ਹੱਥ ਆ। ਸਰਕਾਰ ਨੇ ਸਾਨੂੰ ਮਜਬੂਰ ਕੀਤਾ ਕਿ ਆਣ ਕੇ ਤੁਸੀਂ ਸੜਕਾਂ ਦੇ ਉੱਤੇ ਬੈਠੋ, ਇਸ ਕਰਕੇ ਧਰਨਾ ਲੱਗਿਆ। ਸੋਮਵਾਰ ਦੇਰ ਸ਼ਾਮ ਜਲੰਧਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਕਿਸਾਨਾਂ ਨਾਲ ਮੁਲਾਕਾਤ ਕੀਤੀ, ਜਿੱਥੇ ਉਹਨਾਂ ਨੇ ਕਿਸਾਨਾਂ ਨੂੰ ਉਹਨਾਂ ਦੇ ਵਿਚਾਰ ਸਰਕਾਰ ਤੱਕ ਪਹੁੰਚਾਉਣ ਅਤੇ ਉਹਨਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ। ਪਰ ਭਰੋਸਾ ਦੇਣ ਤੋਂ ਬਾਅਦ ਵੀ ਹੜਤਾਲ ਖਤਮ ਨਹੀਂ ਕੀਤੀ ਗਈ।